ਸਾਹਿਬ ਸਤਿਗੁਰ ਦੇ ਦਰਬਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਆਰੇ ਪ੍ਰੀਤਮ ਦੀ ਹਜ਼ੂਰੀ ਜਿਵੇਂ ਭਗਤ ਰਵਿਦਾਸ ਜੀ ਦਾ ਸ਼ਬਦ ਜੋ ਹਮ ਸਹਿਰੀ ਰੱਬ ਦੇ ਦਰ ਦਾ ਜਿਹੜਾ ਵਸਨੀਕ ਹੈ ਉਹ ਕਹਿੰਦੇ ਸਾਡਾ ਮਿੱਤਰ ਸੁਮੀਤ ਹਮਾਰਾ ਕਿਉਂਕਿ ਇਹ ਧਰਤੀ ਤੋਂ ਬਾਹਰ ਦੁਨੀਆਂ ਦੀ ਖੇਡ ਹੈ ਇਸ ਹਦੂਦ ਦੇ ਅੰਦਰ ਰੱਬ ਦੀ ਖੇਡ ਹੈ ਤੋ ਪਾਤਸ਼ਾਹ ਮਹਾਰਾਜ ਬਖਸ਼ਿਸ਼ਾਂ ਕਰਨ ਆਓ ਸ਼ਬਦ ਬੱਚੀ ਵੱਲੋਂ ਲਗਾਤਾਰ ਕਹਿੰਦੇ ਵੀ ਮੈਂ ਸੰਡੇ ਵੀ ਨਹੀਂ ਹੋਣਾ ਸੈਟਰਡੇ ਵੈਸੇ ਵੀ ਨਹੀਂ ਅਤੇ ਜਫਰਨਾਮੇ ਦੇ ਕੋਈ ਸ਼ਬਦ ਸਾਨੂੰ ਸੁਣਾਏ ਜਾਣ ਅੱਜ ਆਰਤੀ ਇਹਨਾਂ ਕਹਿੰਦੇ ਵੀ ਹਜ਼ੂਰ ਸਾਹਿਬ ਵਾਲੀ ਸੁਣਾਉਣੀ ਹੈ ਉਹ ਵੀ ਸੁਣਾਈ ਸ਼੍ਰੀ ਦਰਬਾਰ ਸਾਹਿਬ ਜੀ ਦੀ ਆਰਤੀ ਜਿਹੜੀ ਹੈ ਉਹਦੇ 6 ਸ਼ਬਦ ਨੇ ਹਜ਼ੂਰ ਸਾਹਿਬ ਵਾਲੀ ਆਰਤੀ ਜਿਹੜੀ ਉਹਦੇ 11 ਸ਼ਬਦ ਨੇ ਔਰ ਆਰਤੀ ਦਾ ਮਤਲਬ ਹਰ ਇੱਕ ਸ਼ਬਦ ਦੇ ਅੰਦਰ ਆਰਤੀ ਆਏਗਾ ਇਹ 7 ਸ਼ਬਦ ਸ਼੍ਰੀ ਹਰਿਮੰਦਰ ਸਾਹਿਬ 'ਚ ਪੜ੍ਹੇ ਜਾਂਦੇ ਨੇ ਪਿੰਡ ਦੇ ਵਿੱਚ ਸਗਲ ਦੁਆਰ ਕੋਈ ਛੱਡ ਕੇ ਉੱਥੋਂ ਤੱਕ ਆਰਤੀ ਆਏਗੀ ਅਤੇ ਜਿਹੜੇ ਦਰਬਾਰ ਸਾਹਿਬ ਜਿਹੜੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪੜ੍ਹੇ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਆਰਤੀ ਆਉਂਦੀ 3 ਸ਼ਬਦ ਫਿਰ ਪਰਮਾਤਮਾ ਦੀ ਸਿਫਤ ਦੇ ਨੇ ਕਿ ਦਰਬਾਰੋਂ ਮੈਂ ਤੇਰਾ ਦਰਬਾਰਾ ਸੱਚਖੰਡ ਵਸੈ ਨਿਰੰਕਾਰਾ ਲਕਸ਼ਮੀ ਖੜੀ ਤੇਰੇ ਦਰਬਾਰਾ ਸਭ ਦੇਵਤੇ ਕਰਨ ਨਮਸਕਾਰ ਇਹ 3 ਸ਼ਬਦ ਆਰਤੀਆਂ ਫਰਕ ਕਿਉਂ ਨੇ ਆਰਤੀਆਂ ਫਰਕ ਨਹੀਂ ਕਿਉਂਕਿ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਅਜੇ ਉੱਨਤ ਨਹੀਂ ਸੀ ਹੋਈ ਉਸ ਸਮੇਂ ਬਾਬਾ ਅਮਿਤ ਸਿੰਘ ਨਿਹੰਗ ਸਿੰਘ ਉੱਥੇ ਪਹੁੰਚੇ ਸਨ ਉਹ ਫਿਰ ਆਪਣੀ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਆਰਤੀ ਪਹਿਲਾਂ ਆਰਤੀ ਦਰਬਾਰ ਸਾਹਿਬ ਹੀ ਇਹੀ ਹੁੰਦੀ ਸੀ ਸਮੇਂ ਸਮੇਂ ਅਸੀਂ ਸਾਰੀਆਂ ਬਾਣੀਆਂ ਘਟਾਉਂਦੇ ਚਲੇ ਗਏ ਖੈਰ ਕੇ ਮੁੱਦਾ ਹੋਰ ਆਓ ਜਾਪ ਸਾਹਿਬ ਜੀ ਦੇ ਜਫਰਨਾਮੇ ਦੇ ਕੋਈ ਸ਼ਬਦ ਆਪ ਜੀ ਦੇ ਸਾਹਮਣੇ ਸਾਂਝੇ ਕੀਤੇ ਜਾਣ ਕਲਗੀਧਰ